ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੋਸਤੋ 13 ਜਨਵਰੀ ਨੂੰ ਆਪਾਂ ਇੱਕ ਵੀਡੀਓ ਬਣਾ ਰਹੇ ਹਾਂ, ਤਾਂ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ, ਪਹਿਲੀ ਵਾਰੀ ਆਪਾਂ ਇਸ ਘਰ ਤੋਂ ਵੀਡੀਓ ਬਣਾ ਰਹੇ ਹਾਂ, ਪਿੰਡ ਰਾਮੂਵਾਲ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਹੈਗਾ ਜੀ। ਬੁਲਟੋਵਾ ਬਿਲਕੁਲ ਨਜ਼ਦੀਕ ਹੈਗਾ, ਕੋਈ 5 ਕਿਲੋਮੀਟਰ ਦੀ ਦੂਰੀ ਹੈਗੀ ਆ ਬੁਲਟੋਏ ਪਿੰਡ ਦੀ, ਅਤੇ ਮਾਛੀਗੇ ਰੱਤੋਂ ਕੇ ਖੇਮਕਰਨ ਬਸ ਥੋੜ੍ਹੀ ਦੂਰੀ 'ਤੇ ਹੈਗੇ, ਤੂਤ ਭੰਗਾਲਾ ਜਿਹੜਾ 5 ਕਿਲੋਮੀਟਰ ਦੀ ਦੂਰੀ ਹੈਗੀ ਆ। ਅਤੇ ਖਾਸ ਵਿਜ਼ਿਟ ਜਿਹੜੀ ਹੈਗੀ ਤੁਹਾਨੂੰ ਪਿੰਡ ਰਾਮੂਵਾਲ ਕਰਨੀ ਪਵੇਗੀ ਜੀ। ਅਤੇ ਮੱਝ ਵਿਖਾਉਣੀ ਤੁਹਾਨੂੰ ਇਸ ਘਰੋਂ ਦੋਸਤੋ, ਮੱਝ ਜਿਹੜੀ ਆ ਬਿਲਕੁਲ ਵੱਡੀ ਮੱਝ ਆ, ਤਕਰੀਬਨ ਚੰਗੇ ਮਿਲਕ ਵਾਲੀ ਆ। ਬਾਈ ਹੋਰਾਂ ਨੇ ਦੱਸਿਆ ਸੀ ਵੀ 14-15 ਜਿਹੜੀ ਪਲੱਸ ਚੱਲਣ ਵਾਲੀ ਮੱਝ ਆ, ਤਾਜ਼ੀ ਸੂਈ ਆ। ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ। ਬਾਕੀ ਸੂਈ ਮੱਝ ਜਿਹੜੀ ਹੈਗੀ ਆ, ਸੋਇਆ ਸੋਇਆ ਪਸ਼ੂ ਹੈਗਾ, ਤਸੱਲੀ ਤੁਸੀਂ ਕਰਨੀ ਹੈਗੀ ਆ 2 ਟਾਈਮ ਦੀ, 3 ਟਾਈਮ ਦੀ, 1 ਟਾਈਮ ਦੀ, ਆਪਦਾ ਸਮੇਂ 'ਚੋਂ ਸਮਾਂ ਕੱਢ ਕੇ ਜਿਹੜੀ ਤਸੱਲੀ ਤੁਸੀਂ ਜ਼ਰੂਰ ਕਰਕੇ ਬੇਸ਼ੱਕ ਫਿਰ ਸੌਦਾ ਕਰ ਲਿਓ। ਠੀਕ ਹੈ ਜੀ, ਪਸ਼ੂ ਵਪਾਰ ਦਾ ਕੰਮ ਹੈਗਾ, ਠੀਕ ਹੈ। ਵਿਕਰੀ ਵਾਲੇ ਪਸ਼ੂ ਆ ਜਿਹੜੇ ਦੋਸਤੋ ਇਸ ਘਰ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਹੋਣਗੇ, ਤਕਰੀਬਨ ਨੋਰਮਲੀ ਜਿਹੜੇ ਨੇੜੇ ਦੇ ਵਪਾਰੀ ਵੀਰ ਨੇ, ਬਾਈ ਹੋਰਾਂ ਨੂੰ ਵੀ ਜਾਣਦੇ ਆ, ਵਪਾਰ ਦਾ ਕੰਮ ਆ। ਠੀਕ ਹੈ ਜੀ, ਸੋ ਵਧੇਰੇ ਜਾਣਕਾਰੀ ਦੇ ਚੱਲਦੇ ਹਾਂ ਵੀਰ ਦੇ ਕੋਲ, ਪੁੱਛ ਲੈਂਦੇ ਹਾਂ ਕੀ ਡਿਟੇਲ ਹੈਗੀ ਹੈ ਜੀ ਇਸ ਮੱਝ ਦੀ। ਆ ਜਾਓ ਵੀਰ ਜੀ, ਥੋੜ੍ਹਾ ਅੱਗੇ ਆ ਜਾਓ ਜੀ। ਸਭ ਤੋਂ ਪਹਿਲਾਂ ਵੀਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਇੱਥੇ ਆਉਣ ਦਾ ਸਵਾਗਤ। ਠੀਕ ਆ। ਸੋ ਵੀਰੇ, ਇੱਕ ਆਪਣੇ ਵੀਰਾਂ ਭਰਾਵਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਦਈਏ ਜੀ। ਨਾਮ ਮੇਰਾ ਭੁਪਿੰਦਰ ਸਿੰਘ, ਠੀਕ ਆ, ਪਿੰਡ ਰਾਮੂਵਾਲ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ। ਠੀਕ ਆ। ਅਤੇ ਭੁਪਿੰਦਰ ਵੀਰੇ, ਇੱਧਰੋਂ ਜਿਵੇਂ ਤੂਤ ਭੰਗਾਲੇ ਦੀ ਵੀ ਦੂਰੀ ਕੋਈ 5 ਕਿਲੋਮੀਟਰ? 5 ਕਿਲੋਮੀਟਰ ਬਟੋਆ, 5 ਕੀ ਭੰਗਾਲਾ, ਅਤੇ ਰਤੋਂ ਕੇ ਗੁਰਦੁਆਰਾ ਮੇਨ ਆਪਣੇ ਲਾਗੇ ਵੀ। ਠੀਕ ਆ, ਰਤੋਂ ਕੇ, ਹਾਂਜੀ ਜੀ, ਕਰ ਲੈਣਗੇ, ਦੱਸ ਦਾਂਗੇ। ਠੀਕ ਆ। ਅਤੇ ਵੀਰ ਹੈ ਵਪਾਰ ਦਾ ਕੰਮ ਹੀ? ਹਾਂਜੀ, ਵਪਾਰ ਦਾ ਕੰਮ। ਠੀਕ ਆ ਜੀ। ਅੱਜ ਜਿਹੜੀ ਆਪਣੇ ਕੋਲ ਮੱਝ ਆਈ ਆ ਜੀ, ਹਾਂਜੀ, ਇਹ ਆਪਣੇ ਵੀਰਾਂ ਨੂੰ ਦੱਸੋ, ਪਾਈਏ ਕਰੀਏ ਇਨਫੋਰਮੇਸ਼ਨ ਸਾਂਝੀ ਵੀ ਇਹ ਮੱਝ ਕਿਨਮਾ ਸੂਬਾ ਸੂਈ ਹੈਗੀ ਹੈ? ਇਹ ਤੀਜੇ ਸੂਬੇ ਸੂਈ ਆ, ਪਰਸੋਂ ਦੀ ਸੂਈ ਆ, 9-10 ਕਿਲੋ ਥੱਲੇ ਬਵਲਾ, 14-15 ਕਿਲੋ ਦੁੱਧ ਦੇਣ ਵਾਲੀ ਆ ਮੱਝ। ਠੀਕ ਹੈ ਜੀ, ਮਗਰੇ ਦੇ ਕੱਟਾ। ਠੀਕ ਆ। ਮਗਰ ਜਿਹੜਾ ਦੋਸਤੋ ਕੱਟਾ ਹੈਗਾ, ਪਿੱਠ ਪੁੱਠੇ ਤੋਂ ਤੁਸੀਂ ਅੰਦਾਜ਼ਾ ਲਾ ਲੈਣਾ, ਹੈਵੀ ਵਜਨ ਵਾਲੀ ਜਿਹੜੀ ਮੱਝ ਆ। ਤੇ ਸੂਬਾ ਤੀਜਾ ਸੂਈ ਨਾ ਜੀ? ਤੀਜੇ ਸੂਈ, ਉਹਦੇ ਚੋਂ ਪੋਲੀ ਮੱਝ ਵੀ। ਤੇ ਬਾਕੀ ਚਵਾਈ ਵੀਰ ਜੀ ਦੀ ਸੂਬਾ ਕਰ ਲਈ ਲੱਗਦੀ ਹੈ ਨਾ? ਹਾਂਜੀ ਹਾਂਜੀ, ਲਾਜ ਹੀ ਲਿਆਂਦੀ ਹੈ ਜੀ, 8:30-8 ਵਜੇ ਕਰਕੇ ਲਿਆਂਦੀ। ਅੱਜ 8:30 ਵਜੇ। ਬਾਕੀ ਦੋਸਤੋ ਮੈਂ ਬਿਲਕੁਲ ਤੁਹਾਡੇ ਧਿਆਨ 'ਚ ਗੱਲ ਲਿਆ ਦਾਂ, ਹੁਣ ਜਿਹੜੀ ਵੀਡੀਓ ਦਾ ਟਾਈਮ ਆ ਬਿਲਕੁਲ 11:30 ਵਜੇ ਦਾ ਟਾਈਮ ਹੈਗਾ, ਹੁਣ ਆਪਾਂ ਵੀਡੀਓ ਜਿਹੜੀ ਬਣਾ ਰਹੇ ਹਾਂ। ਠੀਕ ਆ ਜੀ, 13 ਜਨਵਰੀ ਆ, ਅਤੇ 11:30 ਵਜੇ ਦਾ ਟਾਈਮ ਆ। ਬਾਕੀ ਜਦੋਂ ਸ਼ਾਮ ਦਾ ਥੋੜ੍ਹਾ ਸਮਾਂ ਹੁੰਦਾ, 2-3 ਵਜੇ ਤੋਂ ਬਾਹਰ ਪਸ਼ੂ ਜਾਂਦਾ, ਅਤੇ ਲੇਵਾ ਆਰਡਰ ਜਿਹੜਾ ਹੈਗਾ ਹਵਾਨਾ ਬਿਲਕੁਲ ਦੇਖਵਾਲਾ ਬਣਾ ਕੇ ਤਿਆਰ ਕਰ ਲੈਂਦਾ, ਅਤੇ ਹੁਣ ਤਕਰੀਬਨ 10 ਕਿਲੋ ਬੋਲੇ ਦੇ ਵਿੱਚ ਰੈਡੀ ਹੈਗਾ। ਆਹ ਦੇਖੋ, ਉਲਟ ਬਹਿਣੀ ਵਾਲੇ ਪਾਸੇ ਤੁਸੀਂ ਜਿਹੜੀ ਥਣਾਂ ਦੀ ਆ, ਹਵਾਨੇ ਦੀ ਆ, ਬਿਲਕੁਲ ਜੱਜਮੈਂਟ ਲਗਾ ਸਕਦੇ ਹੋ। ਮੱਝ ਤਕਰੀਬਨ ਜਿਹੜੀ ਆ ਦੋਸਤੋ ਮਿਲਕ ਵਾਲੀ ਆ, ਬਹੁਤ ਠੰਡੀ ਸੀਲ ਮੱਝ ਆ, ਕੈਮਰੇ ਦੇਖੋ ਬਿਲਕੁਲ ਜੀ। ਠੀਕ ਆ ਜੀ, ਆਹ ਮੂੰਹ ਮੱਥਾ ਫੇਸ ਦੀ ਕੁਆਲਿਟੀ ਦੇਖ ਲਓ। ਨੀਚੇ ਜਿਹੜਾ ਬੱਚਾ ਹੈਗਾ ਉਹ ਮੇਲ ਕਾਫ ਆ, ਠੀਕ ਹੈ ਜੀ, ਕੱਟਾ ਹੈਗਾ ਇਸ ਦੇ ਨੀਚੇ, ਆਪਾਂ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਅੱਜ 3ਜਾ ਦਿਨ ਹੋ ਗਿਆ ਸੂਈ ਨੂੰ, ਠੀਕ ਹੈ। ਕੱਟਾ ਜਿਹੜਾ ਹੈਗਾ ਬਿਲਕੁਲ ਬਲੈਕ ਆਪਾਂ ਕਹਾਂਗੇ, ਕੁਝ ਕੁ ਪੂਛ ਦੇ ਜਿਹੜੇ ਲਾਸਟ ਦੇ ਵਾਲ ਜਿਹੜੇ ਹੈਗੇ ਵਾਈਟ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੇ, ਓਵਰਆਲ ਕੱਟਾ ਜਿਹੜਾ ਹੈਗਾ ਬਲੈਕ ਆ, ਠੀਕ ਆ। ਅਤੇ ਵੀਰ ਨੂੰ ਆਪਾਂ ਕਹਿੰਦੇ ਹਾਂ ਵੀਰ, ਇਹਨੂੰ ਖੋਲ੍ਹ ਕੇ ਆਪਾਂ ਤੋਰ ਲਈਏ, ਮਾੜਾ ਜਿਹਾ ਦਿਖਾਈਏ ਇੱਧਰ ਨੂੰ ਕੱਢ ਕੇ। ਸੋ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਚੰਗਾ ਐਨੀਮਲ ਖਰੀਦਣ ਦੀ, ਚੰਗੇ ਮਿਲਕ ਲੈਣ ਵਾਲੀ ਮੱਝ ਖਰੀਦਣ ਦੀ। ਸੋ ਤਕਰੀਬਨ 15-14 ਲੀਟਰ ਦੀ ਤਾਂ ਵੀਰ ਹੋਣਾ ਕਿਹਾ ਵੀ ਨੋਰਮਲ ਦੁੱਧ ਪਾਵੇਗੀ, ਕਿਉਂਕਿ ਹੁਣ ਮੌਕੇ ਦਾ ਜਿਹੜਾ 3ਜੇ ਦਿਨ ਤੱਕ ਵੀ ਤੁਸੀਂ ਵੇਖੋਗੇ, ਅਤੇ 10 ਕਿਲੋ ਜਿਹੜਾ ਰੈਡੀ ਹੈਗਾ ਬੋਲੇ ਦੇ ਵਿੱਚ।
ਆ ਵੇਖੋ ਜੀ, ਤੋਰ ਲਓ ਲੰਬਾ ਮਾੜਾ ਤੋਰ ਲਓ ਜੀ। ਚਵਾਈ ਮੈਂ ਇੱਕ ਵਾਰੀ ਫਿਰ ਦੱਸ ਦਿੰਦਾ ਦੋਸਤੋ, 8:30 ਮੋਰਨਿੰਗ ਦੀ ਚਵਾਈ ਹੋਈ ਆ, ਹੁਣ 11:30 ਦਾ ਟਾਈਮ ਆ, ਕਿਉਂਕਿ ਵੀਰ ਹੁਣ ਅੱਜ ਹੀ ਲੈ ਕੇ ਆਏ ਸੀਗੇ, ਲਿਆਂਦੀ ਅੱਜ ਹੀ ਆ ਅੱਗੋਂ ਕਿਸੇ ਘਰੋਂ, ਅਤੇ ਉਹ ਤੁਸੀਂ ਬਿਲਕੁਲ ਜਿਹੜਾ ਧਿਆਨ ਕਰ ਲਿਓ। ਆਹ ਵੇਖੋ ਜੀ, ਬਿਲਕੁਲ ਸੀਲ ਸਾਊ ਜਿਹੜੀ ਮੱਝ ਆ, ਕਿਸੇ ਤਰ੍ਹਾਂ ਦੇ ਕੋਈ ਡਰਾਕਲ ਭਜਾਕਲ ਜਾਂ ਕਿਹੜਾ ਪਸ਼ੂ ਡਰਦਾ ਵੀ ਹੁੰਦਾ, ਨੋਰਮਲ ਕੋਈ ਭਾਅ ਨਹੀਂ ਹੈਗਾ ਵੀ ਕਿਸੇ ਤਰ੍ਹਾਂ ਦਾ ਕੋਈ ਡਰ ਹੋਵੇ। ਸੋ ਵੀਰ ਜੀ, ਇੱਕ ਇਹ ਤਾਂ ਮੁੱਲ ਕਿੰਨੀ ਹੈ, ਡਿਮਾਂਡ ਕਿੰਨੀ ਕਰਦੇ? ਮੁੱਲ ਵੀਰ ਤਾਂ 85,000 ਰੁਪਈਆ ਦਾ। 85,000, ਠੀਕ ਆ। ਅਤੇ ਬਾਕੀ ਵੀਰ ਜੀ, ਤੁਹਾਡੇ ਅਕੋਰਡਿੰਗ ਤੁਹਾਡਾ ਵੀ ਪਸ਼ੂ ਵਪਾਰ ਦਾ ਕੰਮ, ਕਿੰਨਾ ਕੁ ਮਿਲਕ ਦੇਣਾ ਚਾਹੀਦਾ ਵੈਸੇ ਪੀਕ ਲੈਵਲ 'ਤੇ? ਮਿਲਕ 14-15 ਕਿਲੋ ਮਿਲਕ ਦਊਗੀ, 9-10 ਕਿਲੋ ਤਾਂ ਬਹੁਲਾ ਹੀ ਆ ਥੱਲੇ ਇਹਦਾ। ਬਿਲਕੁਲ ਜੀ, ਬਿਲਕੁਲ, ਠੀਕ ਆ ਦੋਸਤੋ, 85,000 ਡਿਮਾਂਡ। ਬਾਕੀ ਛੋਟ ਜਿਹੜੀ ਹੁੰਦੀ, ਗੁੰਜਾਇਸ਼ ਹੁੰਦੀ, ਉਹ ਮੌਕੇ ਦੀ ਹੁੰਦੀ ਆ, ਉਹ ਤੁਸੀਂ ਬਾਈ ਹੋਰਾਂ ਨਾਲ ਜਦੋਂ ਗੱਲਬਾਤ ਕੀਤੀ, ਘਰੇ ਵਿਜਿਟ ਕੀਤੀ, ਉਹ ਤੁਸੀਂ ਜਿਹੜੀ ਆ ਗੁੰਜਾਇਸ਼ ਆ ਜਿੰਨੇ ਵੀ ਤੁਸੀਂ ਕਰਾਉਣੀ ਚਾਹੋ ਉਹਨੇ ਕਰਵਾ ਸਕਦੇ ਹੋ ਮੌਕੇ 'ਤੇ, ਠੀਕ ਹੈ ਜੀ। ਇਸ ਤੋਂ ਬਾਅਦ ਇੱਕ ਹੋਰ ਐਨੀਮਲ ਜਿਹੜਾ ਵੀਰ ਦੇ ਕੋਲ ਵਿਕਾਊ ਹੈਗਾ, ਝੋਟੀ ਆ, ਅਤੇ ਉਹ ਆਪਾਂ ਪੁੱਛ ਲੈਂਦੇ ਕੀ ਉਮਰ ਹੈਗੀ ਆ, ਕੋਈ ਮੂੰਹੋਂ ਦੰਦੋਂ ਕਿਹੜੀ ਵੀਰ ਜੀ, ਪਹਿਲੇ ਨੰਬਰ 'ਤੇ ਉਹੀ ਖੜੀ ਆ, ਠੀਕ ਆ, ਮੱਥੇ ਵਿੱਚ ਜਿਹਦੇ ਦੋਸਤੋ ਬਿਲਕੁਲ ਆ ਬਲ ਹੈਗਾ, ਅਤੇ ਸਫੇਦ ਵਾਲ ਨੇ, ਅਤੇ ਬਿਲਕੁਲ ਤੁਸੀਂ ਵੇਖੋਗੇ ਝੋਟੀ ਜਿਹੜੀ ਹੈਗੀ ਆ ਓਵਰਆਲ ਚੰਗੀ ਹੈਗੀ। ਬਾਕੀ ਵੀਰ ਜੀ, ਕਿੰਨੀ ਕੁ ਉਮਰ ਹੋਵੇ ਜਾਂਦੀ? ਇਹ 2 ਸਾਲਾਂ ਤੋਂ 2 ਮਹੀਨੇ ਉੱਤੇ, ਅਜੇ ਖੀਰੀ ਆ ਜੀ, ਅਜੇ ਖੀਰੀ ਆ, ਦੰਦੋਂ ਜਿਹੜੀ ਖੀਰੀ ਆ ਦੋਸਤੋ, ਬੇਸ਼ੱਕ ਪਸ਼ੂ ਗਰੰਟੀ ਹੋਊ ਖੀਰੀ ਦੀ, ਗਾਲਾ ਕਰਦਾ ਪਿਆ ਪਸ਼ੂ, ਤੁਸੀਂ ਜਿਹੜੀ ਆ ਚੈੱਕ ਕਰ ਲੈਣੀ ਆ, ਆਹ ਵੇਖੋ ਜੀ, ਠੀਕ ਆ, ਅਤੇ 2 ਸਾਲ ਦੀ ਸਾਰੀ ਹੈ ਨਾ ਉਮਰ, ਅਤੇ ਮਦਰ ਦਾ ਵੀਰ ਜੀ ਮਿਲਕ ਮੁਲਕ ਆਪਣੇ ਘਰ ਦੀ ਹੈ ਨਾ ਝੋਟੀ? ਹਾਂਜੀ, ਘਰ ਦੀ, ਘਰ ਦੀ। ਮਾਂ ਦਾ ਕੋਈ ਦੁੱਧ ਦੁੱਧ ਦਾ ਪਤਾ ਹੋਵੇ? ਮਾਂ ਦਾ ਤਾਂ 12 ਕਿਲੋ। 12 ਕਿਲੋ ਆ ਜੀ, ਠੀਕ ਹੈ ਜੀ। ਇੱਕ ਵਾਰੀ ਬੈਕ ਸਾਈਡ ਤੋਂ ਮੈਂ ਤੁਹਾਨੂੰ ਥਣ ਥੁਣ ਵਿਖਾਉਣ ਦੀ ਕੋਸ਼ਿਸ਼ ਕਰਦਾ, ਹਾਂਜੀ, ਖੋਲ ਕੇ ਵਿਖਾ ਦਈਏ ਇੱਕ ਵਾਰੀ, ਬਾਕੀ ਪੂਛ ਨੂੰ ਵੀ ਪੜਾ ਕਰਕੇ ਨਾ ਜੀ ਥਣ ਥੁਣ ਕਰਾ ਦਈਏ ਚੈੱਕ। ਆਹ ਦੇਖੋ ਜੀ, ਚੰਗੀ ਸੋਹਣੀ ਝੋਲੀ ਆ, ਠੀਕ ਆ ਜੀ, ਅਤੇ ਵੱਟ ਵੁੱਟ ਤੁਸੀਂ ਅੱਜ ਹੀ ਵੇਖ ਲਓ, ਤਕਰੀਬਨ ਚੰਗੇ ਵਧੀਆ ਵੱਟ ਵੁੱਟ ਪੈ ਰਹੇ ਆ, ਅਤੇ ਸਪੇਸ ਬਹੁਤ ਵਧੀਆ ਹੈਗੀ ਥਣਾਂ ਦੀ, ਚੰਗੀ ਖੁੱਲ੍ਹੇ ਥਣ ਨੇ, ਸਪੇਸ ਵਿੱਚ ਚੰਗੀ ਆ। ਬਾਕੀ ਆਪਾਂ ਖੋਲ੍ਹ ਕੇ ਤੋਰ ਕੇ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਅਤੇ ਕਿਉਂਕਿ ਹਰ ਇੱਕ ਵੀਰ ਦੀ ਕਿਸੇ ਤਰ੍ਹਾਂ ਦੀ ਕੋਈ ਡਿਮਾਂਡ ਹੁੰਦੀ ਆ, ਕੋਈ ਕੱਟੀਆਂ ਵੀਰ ਖਰੀਦਦੇ ਛੋਟੀਆਂ, ਬਾਕੀ ਝੋਟੀ ਬਣੀ ਥਣੀ ਪਈ ਆ, ਕੋਈ 5-4 ਮਹੀਨੇ ਸਾਂਭਣ ਤੋਂ ਬਾਅਦ ਜਿਹੜਾ ਆਪਾਂ AI ਵੀ ਜਿਹੜੀ ਅਸੀਂ ਕਰਵਾ ਸਕਦੇ ਹਾਂ। ਆ ਕਰੋ ਚੱਕ ਜੀ, ਕੱਦ ਕਾਠੀ ਪੂਰਾ ਹੈਗਾ, ਠੀਕ ਹੈ ਜੀ, ਅਤੇ ਬਿਲਕੁਲ ਜੀ। ਸੋ ਅੱਗੇ ਕਿਸੇ ਵੀਰ ਨੇ ਵੀ ਅੱਗੇ ਸ਼ੌਂਕ ਪਕਾਉਣਾ ਹੈ ਹੋਵੇ ਇੱਥੋਂ ਝੋਟੀ ਲੈ ਕੇ ਜਾ ਕੇ ਅੱਗੇ ਹੋਰ ਸਾਂਭ ਸੰਭਾਲ ਕਰਕੇ, ਤਾਂ ਬਿਲਕੁਲ ਬਣਦੇ ਵੱਤਰ ਵਿੱਚ ਆ, ਵੀਰ ਨੇ ਕਹਿ ਦਿੱਤਾ ਤਿਆਰੀ ਦੇ ਵਿੱਚ ਆ, ਅੱਗੇ AI ਤੁਸੀਂ ਕਰਵਾ ਸਕਦੇ ਜੇ। ਬਾਕੀ ਵੀਰ ਜੀ ਕੀ ਭਾਅ ਪੜਤਾ ਹੈਗਾ? ਫਿਰ 26,000 ਲੈਣ ਦੇਣੀ ਆ। 26,000, ਠੀਕ ਆ ਜੀ। ਕੋਈ ਵੀਰ 2 ਨੰਬਰ ਵਾਲਾ ਮੰਨ ਲਾ ਫੋਨ ਨਾ ਲਾਵੇ, ਖਾਸ ਤੌਰ 'ਤੇ ਜਿਹੜੇ ਵੀਰ 2 ਨੰਬਰ ਵਾਲੇ ਨੇ ਉਹ ਨਾ ਫੋਨ ਕਰਨ, ਕਿਉਂਕਿ ਜਿਹੜਾ ਐਨੀਮਲ ਹੈਗਾ ਅੱਗੇ ਕੋਈ ਘਰੇ ਲੈ ਕੇ ਜਾ ਕੇ ਸਾਂਭੇ, ਘਰੇਲੂ ਵੀਰ ਕੋਈ ਵੀ ਉਹਨੂੰ ਪਹਿਲ ਹੈਗੀ ਆ, ਠੀਕ ਹੈ ਜੀ। ਸੋ ਆ ਕਰੋ ਚੈੱਕ, ਝੋਟੀ ਪੂਰੀ ਸ਼ੌਕੀਨ ਆ, ਸਿੰਘ ਸੁੰਘ ਦੀ ਬਣਤਰ ਵੀ ਕੁੰਡੀ ਬਿਲਕੁਲ ਹੈਗੀ ਆ, ਤਾਂ ਰਾਜੀ ਪੂਰੀ ਆ। 26,000 ਮੁੱਲ ਆ ਦੋਸਤੋ, ਸੰਪਰਕ ਨੰਬਰ ਆਪਾਂ ਵੀਰ ਤੋਂ ਪੁੱਛ ਕੇ ਉਹਨਾਂ ਨਾਲ ਆਪਾਂ
ਗੱਲਬਾਤ ਪੁੱਛ ਲੈਂਦੇ ਕੀ ਨੰਬਰ ਹੈਗੇ ਵੀਰ ਜੀ, ਸੰਪਰਕ ਨੰਬਰ ਆਪਣੇ ਜ਼ਰੂਰ ਦੱਸ ਦੇਈਏ। ਆਪਣਾ ਵੀਰ ਜੀ ਨੰਬਰ ਆ 95307 ਹਾਂਜੀ 8930। ਠੀਕ ਹੈ ਜੀ। ਸੋ ਬਾਕੀ ਵੀਰ ਜੀ ਗੁੰਜਾਇਸ਼ ਹੈਗੀ ਵਿੱਚ ਮਾੜੀ ਮੋਟੀ ਦੇ? ਚਲੋ ਥੋੜ੍ਹਾ ਬਹੁਤਾ ਮਾਣ ਤਾਣ ਕਰਾਂਗੇ ਘਰ ਆਇਆਂ ਦਾ। ਠੀਕ ਹੈ ਜੀ, ਜ਼ਰੂਰ ਜੀ। ਕੋਈ ਆਪਣਾ ਵੀਰ ਕੋਈ ਸ਼ਕੀਨ ਕੋਈ ਆਸ ਰੱਖ ਕੇ ਆਵੇ ਤਾਂ ਜ਼ਰੂਰ ਕਰ ਲਿਓ, ਕਰਾਂਗੇ ਮਾਣ ਤਾਣ ਘਰ ਆਇਆਂ ਦਾ ਕਰਾਂਗੇ। ਜੇ ਕੋਈ ਵੀਰ ਆਉਂਦਾ ਤਾਂ ਆਵੇ ਵੀਰ ਰੱਖਣ ਵਾਲਾ ਜਿਹਨੇ ਰੱਖਣੀ ਆ ਜੀ। ਸੋ ਇੱਕ ਵਾਰੀ ਜਿਹੜਾ ਦੋਸਤੋ ਫਿਰ ਰਿਪੀਟ ਵੀਰ ਨੇ ਕਰਾ ਦਿੱਤਾ ਵੀ ਖਾਸ ਤੌਰ 'ਤੇ ਜਿਹਨੇ ਝੋਟੀ ਖਰੀਦਣੀ ਘਰ ਰੱਖਣ ਵਾਸਤੇ ਉਹਨੂੰ ਪਹਿਲ ਹੈਗੀ ਆ, ਉਹ ਹੀ ਫੋਨ ਕਰੇ। ਠੀਕ ਹੈ ਜੀ। ਅਤੇ ਮੱਝ ਤਕਰੀਬਨ ਹੈਗੀ ਆ 85,000 ਡਿਮਾਂਡ ਦੱਸ ਦਿੱਤੀ ਆ, ਦੁੱਧ ਚੰਗੇ ਵਾਲੀ ਆ ਅਤੇ ਹੁਣ ਵਧੀਆ ਚੰਗੀ ਮਿਲਕਿੰਗ 'ਤੇ ਜਿਹੜਾ ਚੱਲਣ ਡਈ ਹੈ। ਠੀਕ ਹੈ। ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ। ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।